ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 2 ਮਾਰਚ 2022 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸਚਨਸ ਹਰੇ ਕੁਐਸਚਨ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਜਾਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਹਾਲ ਹੀ ਵਿੱਚ ਅੰਤਰਰਾਸ਼ਟਰੀ ਯੂਡੋ ਫੈਡਰੇਸ਼ਨ ਦੁਆਰਾ ਕਿਸ ਦੇਸ਼ ਦੇ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਦੇ ਔਨਦੇ ਤੋਂ ਮੁਅੱਤਲ ਕੀਤਾ ਗਿਆ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ ਰਸ਼ੀਆ ਰਸ਼ੀਆ ਦੇ ਰਾਸ਼ਟਰਪਤੀ ਆ ਬਲਾਦੀਮੀਰ ਪੁਤਿਨ ਤੇ ਇਹਨਾਂ ਨੂੰ ਅੰਤਰਰਾਸ਼ਟਰੀ ਯੂਡੋ ਫੈਡਰੇਸ਼ਨ ਦੁਆਰਾ ਠੀਕੇ ਆਪਣੇ ਆਂਦਰੋਂ ਮੁਅਤਲ ਕਰ ਦਿੱਤਾ ਕਿਉਂ ਕੀਤਾ ਗਿਆ ਹੈ ਕਿਉਂਕਿ ਇੰਡੀਆ ਰਸ਼ੀਆ ਅਤੇ ਯੂਕਰੇਨ ਦੇ ਵਿੱਚ ਜੋ ਵਿਵਾਦ ਹੋ ਰਿਹਾ ਵਾ ਉਸ ਦੀ ਵਜ੍ਹਾ ਕਰਕੇ ਅੰਤਰਰਾਸ਼ਟਰੀ ਯੂਡੋ ਫੈਡਰੇਸ਼ਨ ਨੇ ਰਸ਼ੀਆ ਦੇ ਰਾਸ਼ਟਰਪਤੀ ਨੂੰ ਉਹਨਾਂ ਦੇ ਆਉਂਦੇ ਤੋਂ ਮੁਅਤਲ ਕਰ ਦਿੱਤਾ ਹੁਣ ਰਸ਼ੀਆ ਦੇ ਨੇ ਰਾਸ਼ਟਰਪਤੀ ਹੋਏ ਆ ਤਾਂ ਰਸ਼ੀਆ ਦੀ ਗੱਲ ਕਰ ਰਹੇ ਹਾਂ ਰਸ਼ੀਆ ਦੀ ਕੈਪੀਟਲ ਕੀ ਆ ਮਾਸਕੋ ਇੱਥੋਂ ਦੀ ਕਰੰਸੀ ਜਾਂ ਰਸ਼ੀਅਨ ਰੂਬਲ ਤੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਆ ਮਿਖੇਲ ਮਿਤਸੁਦਦਿਨ ਤੇ ਇੱਥੋਂ ਦੇ ਪ੍ਰੈਜ਼ੀਡੈਂਟ ਆ ਬਲਾਦੀਮੀਰ ਪੁਤਿਨ ਪਰ ਇਹ ਤਾਂ ਸੀ ਹੁਣ ਉਹਨਾਂ ਨੂੰ ਆਪਣੇ ਆਉਂਦੇ ਤੋਂ ਹਟਾ ਦਿੱਤਾ ਗਿਆ ਹੈ ਮੁਅਤਲ ਕਰ ਦਿੱਤਾ ਗਿਆ ਹੈ ਬੀ ਡੀ ਵੈਂਕਟੇਸ਼ਵਰ ਬਰਮਾ ਭਾਰਤ ਦੇ ਰਾਜਦੂਤਾ ਰਸ਼ੀਆ ਦੇ ਵਿੱਚ ਇੰਡੀਆ ਤੇ ਰਸ਼ੀਆ ਦੇ ਵਿੱਚ ਇੰਦਰ ਨਾਮ ਦੀ ਇੰਪੋਰਟੈਂਟ ਡਿਫੈਂਸ ਐਕਸਰਸਾਈਜ਼ ਹੁੰਦੀ ਆ ਰੂਸ ਦੇ ਵਿੱਚ ਉਰਲ ਦੇ ਪਹਾੜਾਂ ਮਾਉਂਟ ਐਲਬਰਸਾ ਇਹ ਯੂਰਪ ਦਾ ਸਭ ਤੋਂ ਉੱਚਾ ਪਹਾੜਾ ਬੈਕਲ ਸੀਲ ਆ ਰੂਸ ਦੇ ਵਿੱਚ ਜਿਹੜੇ ਲੀਡਰ ਆ ਲੈਕਸੀ ਨਵਲੈਨੀ ਇਹ ਪੁਤਿਨ ਦੇ ਖਿਲਾਫ ਬੋਲਦੇ ਸੀ ਉੱਥੇ ਜਿੰਨੇ ਵੀ ਕ੍ਰਾਪਸ਼ਨਸ ਹੁੰਦੇ ਸੀ ਸਿਰਫ ਇਹੀ ਸੀ ਜੋ ਪੁਤਿਨ ਦੇ ਖਿਲਾਫ ਬੋਲਦੇ ਸੀ ਤੇ ਇਹਨਾਂ ਨੂੰ ਕਈ ਵਾਰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਆ ਪਰ ਹਰੇਕ ਵਾਰੇ ਬਚ ਜਾਂਦੇ ਸੀ ਇਸ ਕਰਕੇ ਇਹਨਾਂ ਨੂੰ ਸਖਾ ਰੋਪ ਦਾ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਠੀਕ ਹੈ ਇਹਨਾਂ ਤੁਸੀਂ ਯਾਦ ਰੱਖਣਾ ਰਸ਼ੀਆ ਦੇ ਬਾਰੇ ਨੈਕਸਟ ਕੁਐਸਚਨ ਕਰਦੇ ਹਾਂ ਜੀ ਅਸੀਂ ਕੇਂਦਰੀ ਮੰਤਰੀ ਮੰਡਲ ਨੇ LIC IPO ਵਿੱਚ ਵਿਦੇਸ਼ੀ ਨਿਵੇਸ਼ ਦੇ ਕਿੰਨੇ ਪ੍ਰਤੀਸ਼ਤ ਨੂੰ ਮਨਜ਼ੂਰੀ ਦਿੱਤੀ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ C 20% ਕੇਂਦਰੀ ਮੰਤਰੀ ਮੰਡਲ ਨੇ LIC IPO ਵਿੱਚ ਵਿਦੇਸ਼ੀ ਨਿਵੇਸ਼ ਦੇ ਲਈ 20% ਦੀ ਮਨਜ਼ੂਰੀ ਦਿੱਤੀ ਆ ਹੁਣੇ ਮਨਜ਼ੂਰੀ 20% ਦੀ ਹੋਈ ਆ ਤੇ LIC ਨੂੰ ਮਿਲੀ ਆ LIC ਮਤਲਬ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਇਸ ਦੀ ਸਥਾਪਨਾ ਕਦੋਂ ਹੋਈ ਸੀ 1956 ਦੇ ਵਿੱਚ ਇਹਦਾ ਹੈੱਡਕੁਆਰਟਰ ਕਿੱਥੇ ਆ ਮੁੰਬਈ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਹਦੇ ਚੇਅਰਮੈਨ ਕੌਣ ਨੇ ਐਮ ਆਰ ਕੁਮਾਰ ਨੈਕਸਟ ਕੁਐਸਚਨ ਕਰਦੇ ਆ ਜੀ ਅਸੀਂ हाल ही किस ने हाल ही ਵਿੱਚ ਕਤਰ ਉਮਾਨ ਮਹਿਲਾ ਸਿੰਗਲਸ ਦਾ ਖਿਤਾਬ ਜਿੱਤਿਆ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਈਗਾ ਸਵ ਟੈਕ ਨੇ ਈਗਾ ਸਵ ਟੈਕ ਨੇ ਕਤਰ ਉਮਾਨ ਮਹਿਲਾ ਸਿੰਗਲਸ ਦਾ ਖਿਤਾਬ ਜਿੱਤਿਆ ਹੈ ਠੀਕ ਹੈ ਇਸ ਕੁਐਸਚਨ ਦਾ অপਸ਼ਨ ਨੰਬਰ ਬੀ ਰਾਈਟ ਹੈ ਤੇ ਏ ਨੇ ਈਗਾ ਸਵ ਯੇ ਟੇਕੇ ਇਹ ਜਿਹੜੀ ਪਿਕ ਹੈ ਇਹ ਇੰਨਾ ਦੀ ਹੈ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹਾਂਜੀ ਨੈਕਸਟ ਕੁਐਸਚਨ ਦੇ ਵਿੱਚ ਤੁਹਾਨੂੰ ਪੁੱਛਿਆ ਗਿਆ ਹੈ ਕਿ ਭਾਰਤੀ ਰੇਲਵੇ ਦਾ ਪਹਿਲਾ ਸੂਰਜੀ ਪਲਾਂਟ ਕਿਸ ਰਾਜ ਵਿੱਚ ਭਾਰਤੀ ਰੇਲਵੇ ਦੁਆਰਾ ਲਾਂਚ ਕੀਤਾ ਜਾਵੇਗਾ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਏ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਰਾਜ ਦੇ ਵਿੱਚ ਭਾਰਤੀ ਰੇਲਵੇ ਦਾ ਪਹਿਲਾ ਸੂਰਜੀ ਊਰਜਾ ਪਲਾਂਟ ਲਾਂਚ ਕੀਤਾ ਜਾਵੇਗਾ ਠੀਕ ਹੈ ਹੁਣੇ ਮੱਧ ਪ੍ਰਦੇਸ਼ ਦੇ ਵਿੱਚ ਕੀਤਾ ਜਾਵੇਗਾ ਤਾਂ ਮੱਧ ਪ੍ਰਦੇਸ਼ ਦੀ ਕੈਪੀਟਲ ਕੀ ਆ ਹਾਂਜੀ ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦਿੰਨੀ ਆ ਮੈਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ ਮਧ ਪ੍ਰਦੇਸ਼ ਦੀ ਕੈਪੀਟਲ ਆ ਜੀ ਪੋਪਾਲ ਤੇ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਹਾਂਜੀ ਇੱਥੋਂ ਦੇ ਚੀਫ ਮਿਨਿਸਟਰ ਆ ਸ਼ਿਵਰਾਜ ਸਿੰਘ ਚੋਹਾਨ ਅਤੇ ਇੱਥੋਂ ਦੇ ਗਵਰਨਰ ਆ ਮੰਗੂ ਭਾਈ ਸੀਪਟੇਲ ਮੱਧ ਪ੍ਰਦੇਸ਼ ਦੇ ਵਿੱਚ ਕਾਨਾ ਨੈਸ਼ਨਲ ਪਾਰਕ ਆ, ਵਾਦਵਗੜ ਨੈਸ਼ਨਲ ਪਾਰਕ ਆ, ਮਾਧਵ ਨੈਸ਼ਨਲ ਪਾਰਕ ਆ, ਸੰਝੇ ਨੈਸ਼ਨਲ ਪਾਰਕ ਆ, ਪੰਨਾ ਨੈਸ਼ਨਲ ਪਾਰਕ ਆ, ਸਤਪੁਰਾ ਨੈਸ਼ਨਲ ਪਾਰਕ ਆ। ਮੱਧ ਪ੍ਰਦੇਸ਼ ਦੇ ਗਰਾਲਾ ਮੰਡਲ ਸੈਕਚੁਰੀ ਦੇ ਵਿੱਚ ਨਾਈਟ ਸਫਾਰੀ ਸ਼ੁਰੂ ਹੋਈ ਆ। ਜੀਵਨ ਅਮ੍ਰਿਤ ਯੋਜਨਾ ਇਹ ਇਮਿਊਨਿਟੀ ਨੂੰ ਵਧਾਉਣ ਦੇ ਲਈ ਮੱਧ ਪ੍ਰਦੇਸ਼ ਦੇ ਵਿੱਚ ਸ਼ੁਰੂ ਕੀਤੀ ਗਈ। ਏਐਫਆਈਆਰ ਰਜਿਸਟ੍ਰੇਸ਼ਨ ਯੋਜਨਾ ਮੱਧ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਈ। ਮੱਧ ਪ੍ਰਦੇਸ਼ ਦੇ ਹਵੀਵ ਗੰਝ ਦੇ ਵਿੱਚ ਪਹਿਲਾ ਰੇਲਵੇ ਕੋਚ ਵਾਸ਼ਿੰਗ ਪਲਾਂਟ ਸਥਾਪਿਤ ਕੀਤਾ ਗਿਆ ਇੱਕ ਜ਼ਿਲ੍ਹਾ ਇੱਕ ਸਿਲਪ ਅਭਿਆਨ ਮੱਧ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਇਆ ਸੰਕਲਪ ਯੋਜਨਾ ਮੱਧ ਪ੍ਰਦੇਸ਼ ਦੇ ਉਮਰੀਆ ਜ਼ਿਲ੍ਹੇ ਦੇ ਵਿੱਚ ਸ਼ੁਰੂ ਹੋਈ ਇਸ ਦੇ ਵਿੱਚ ਕੀ ਹੈ ਕਿ ਬਜ਼ੁਰਗਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਆ ਠੀਕ ਹੈ ਮੁੱਖ ਮੰਤਰੀ ਰਾਸ਼ਨ ਆਪ ਦੇ ਦੁਆਰ ਇਹ ਯੋਜਨਾ ਵੀ ਕਿੱਥੇ ਸ਼ੁਰੂ ਹੋਈ ਆ ਮੱਧ ਪ੍ਰਦੇਸ਼ ਦੇ ਵਿੱਚ ਲੜਕੀਆਂ ਤੇ ਮਹਿਲਾਵਾਂ ਦੇ ਲਈ ਸਪੈਸ਼ਲ 40 ਦਸਤੇ ਦਾ ਗਠਨ ਵੀ ਮੱਧ ਪ੍ਰਦੇਸ਼ ਦੇ ਵਿੱਚ ਹੀ ਕੀਤਾ ਗਿਆ ਨੈਕਸਟ ਕੁਐਸਚਨ ਕਰਦੇ ਹਾਂ ਜੀ ਅਸੀਂ ði ਫਾਊਂਡਰ ði ਸਟੋਰੀ ਆਫ ਪੇਪਲ ਇਸ ਰਿਲੇਖ ਵਾਲੀ ਕਿਤਾਬ ਕਿਸ ਨੇ ਲਿਖੀ ਆ ਹਾਂਜੀ ਦੀ ਫਾਊਂਡਰ ਦਾ ਸਟੋਰੀ ਆਫ ਪੇਪਲ ਵਾਲੀ ਬੁੱਕ ਆ ਜਿਹੜੀ ਸਿਰਲੇਖ ਵਾਲੀ ਬੁੱਕ ਆ ਇਹ ਲਿਖੀ ਆ ਜਿਮੀ ਸੋਨੀ ਨੇ অপਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਆ ਤੁਸੀਂ ਰਾਈਟਰ ਦਾ ਨਾਮ ਯਾਦ ਰੱਖਣਾ ਤੇ ਬੁੱਕਸ ਦਾ ਨਾਮ ਯਾਦ ਰੱਖਣਾ ਤੇ ਇੱਕ ਪੇਜ ਤੇ ਲੱਗ ਤੋਂ ਬੁੱਕਸ ਤੇ ਰਾਈਟਰ ਦੇ ਨਾਮ ਲਿਖ ਦੇ ਜਾਓ ਜਿਸ ਤਰ੍ਹਾਂ ਮੈਂ ਤੁਹਾਨੂੰ ਕੱਲ ਹੀ ਇੱਕ ਬੁੱਕ ਕਰਵਾਈ ਸੀ ਦਾ ਗ੍ਰੇਟ ਟੇਕ ਗੇਮ ਇਸ ਨੂੰ ਲਿਖਿਆ ਅਨਿਰuddh ਸੂਰੀ ਨੇ ਇੱਕ ਬੁੱਕ ਆ ਉਡਾਨ ਇੱਕ ਮਜ਼ਦੂਰ ਬੱਚੇ ਦੀ ਇਸ ਬੁੱਕ ਨੂੰ ਲਿਖਿਆ ਮਿਥਲਸ Tiwari ਨੇ ਇੱਕ ਬੁੱਕ ਆ ਅ ਨੇਸ਼ਨ ਟੂ ਪ੍ਰੋਟੈਕਟ ਇਸ ਬੁੱਕ ਨੂੰ ਲਿਖਿਆ ਪ੍ਰਿਆਮ ਗਾਂਧੀ ਮੋਦੀ ਨੇ ਇੱਕ ਬੁੱਕ ਆ ਅਟਲ ਬਿਹਾਰੀ ਬਾਜਪਈ ਇਸ ਬੁੱਕ ਨੂੰ ਲਿਖਿਆ ਸਾਗਰੀਕਾ ਕੋਸ਼ ਨੇ ਇੱਕ ਬੁੱਕ ਆ ਅ ਲਿਟਲ ਬாய் ਆਫ ਇੰਡੀਆ ਇਸ ਨੂੰ ਲਿਖਿਆ ਰਸਕਿਨ ਬੌਨ ਨੇ ਇੱਕ ਬੁੱਕ ਆ ਗਾਂਧੀ ਦੇ ਹਥਿਆਰੇ ਦਾ 나ਥੂ ਰਾਮ ਆਫ um uh, the making of nathuram his idea of india is book nu likheya trinder ke chan ek book ka mamta beyond 2021 is book nu likheya jayant kosh ne ek book ka public service athex is book nu likheya parbat kumar ne ek book ka jis da naam cooking to save your life is nu likheya bizit banerji ne ek novel ha husein zaidi da jis da ਨਾਮ ਆ ਦਾ ਐਂਡ ਗੇਮ ਇਹ ਵੀ ਤੁਸੀਂ ਯਾਦ ਰੱਖਣਾ ਇੱਕ ਬੁੱਕ ਆ ਜਿਸ ਦਾ ਨਾਮ ਆ ਹਾਊ ਦਾ ਅਰਥ ਗਾਟ ਇਟਸ ਬਿਊਟੀ ਇਸ ਬੁੱਕ ਨੂੰ ਲਿਖਿਆ ਤ੍ਰਿਪੁਰ ਦਮਨ ਸੌਰੀ ਇਸ ਬੁੱਕ ਨੂੰ ਲਿਖਿਆ ਵਾ ਸੁਦਾ ਮੂਰਤੀ ਨੇ ਠੀਕ ਹੈ ਤੇ ਜਿਹੜੀ ਤ੍ਰਿਪੁਰ ਦਮਨ ਤੇ ਅਦਿਲ ਹੁਸੈਨ ਨੇ ਦੋਵੇਂ ਇੱਕ ਮਿਲ ਕੇ ਬੁੱਕ ਲਿਖੀ ਆ ਉਹਦਾ ਨਾਮ ਆ ਨਹਿਰੂ ਦਾ ਡਿਬੈਟਸ ਦਾ ਡਿਫਾਈਨਡ ਇਨ ਇੰਡੀਆ ਠੀਕ ਹੈ ਇੱਕ ਬੁੱਕ ਆ ਮਾਡਰਨ ਇੰਡੀਆ ਇਸ ਨੂੰ ਲਿਖਿਆ ਪੂਨਮ ਦਲਾਲ ਦਈਆ ਨੇ ਆ ਤੇ ਲਾਂਚ ਕੀਤਾ ਹਰਿਆਣਾ ਦੇ ਚੀਫ ਮਿਨਿਸਟਰ ਮਨੋਹਰ ਲਾਲ ਖੱਟਰ ਨੇ ਨੈਕਸਟ ਕੁਐਸਚਨ ਕਰਦੇ ਆ ਜੀ ਅਸੀਂ ਕਿਹੜੀ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਵੈਟ ਲੈਡਜ਼ ਲਈ ਇੱਕ ਪੈਨਲ ਬਣਾਉਣ ਦਾ ਨਿਰਦੇਸ਼ ਦਿੱਤਾ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ ਤ੍ਰਿਪੁਰਾ ਤ੍ਰਿਪੁਰਾ ਹਾਈ ਕੋਰਟ ਨੇ ਰਾਜ ਸਰਕਾਰ ਨੂੰ त्रिपुरा ਰਾ ਸਰਕਾਰ ਨੂੰ ਵੈਟਲੈਂਡਸ ਲਈ ਇੱਕ ਪੈਨਲ ਬਣਾਉਣ ਦਾ ਨਿਰਦੇਸ਼ ਦਿੱਤਾ ਹੈ ਹੁਣੇ ਤ੍ਰਿਪੁਰਾ ਨੂੰ ਦਿੱਤਾ ਗਿਆ ਹੈ ਤਾਂ ਤ੍ਰਿਪੁਰਾ ਦੀ ਕੈਪੀਟਲ ਕੀ ਹੈ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣ ਤ੍ਰਿਪੁਰਾ ਦੀ ਕੈਪੀਟਲ ਆ ਅਗਰਤਲਾ ਇੱਥੋਂ ਦੇ ਚੀਫ ਮਿਨਿਸਟਰ ਆ ਵਿਪਲਵ ਕੁਮਾਰ ਦੇਵ ਤੇ ਇੱਥੋਂ ਦੇ ਗਵਰਨਰ ਆ ਸਤਿਆਦੇਵ ਨਰੈਨ ਆਰੀਆ ਤ੍ਰਿਪੁਰਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੀਸੈਂਟਲੀ ਬੰਗਲਾਦੇਸ਼ ਅਤੇ ਤ੍ਰਿਪੁਰਾ ਦੇ ਵਿੱਚ ਨਵੇਂ ਹਾਈਵੇ ਨੂੰ ਮਨਜ਼ੂਰੀ ਦਿੱਤੀ ਆ ਸਦੀਆਂ ਪੁਰਾਣੀ ਕੇਰਪੂਜਾ ਭਾਰਤ ਦੇ ਤ੍ਰਿਪੁਰਾ ਦੇ ਵਿੱਚ ਸ਼ੁਰੂ ਹੋਈ ਆ ਏਕ ਟੂ ਖੇਡੋ ਏਕ ਟੂ ਪੜੋ ਲਰਨਿੰਗ ਯੋਜਨਾ ਇਹਦੀ ਤ੍ਰਿਪੁਰਾ ਦੇ ਵਿੱਚ ਘੋਸ਼ਣਾ ਹੋ ਚੁੱਕੀ ਆ ਤ੍ਰਿਪੁਰਾ ਦੇ ਚੀਫ ਮਿਨਿਸਟਰ ਨੇ ਆਕਸੀਜਨ ਪਾਰਕ ਦਾ ਉਦਘਾਟਨ ਕੀਤਾ ਠੀਕ ਹੈ ਇਹਨਾਂ ਤੁਸੀਂ ਯਾਦ ਰੱਖਣਾ ਤ੍ਰਿਪੁਰਾ ਦੇ ਬਾਰੇ ਨੈਕਸਟ ਕੁਐਸਚਨ ਕਰਦੇ ਆ ਜੀ ਅਸੀਂ ਅਮਰੀਕੀ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਕਾਲੀ ਜੱਜ ਕੌਣ ਬਣੀ ਹੈ ਹਾਂਜੀ ਅਮਰੀਕੀ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਬਣੀ ਆ ਹਾਂਜੀ ਮਹਿਲਾ ਜੱਜ ਬਣੀ ਆ ਕੇਤਨੀ ਜੀ ਬਰਾਊਂਜ਼ ਜੈਕਸਨ ਆਪਸ਼ਨ ਨੰਬਰ A ਇਸ ਕੁਐਸਚਨ ਦਾ ਰਾਈਟ ਆਨਸਰ ਆ ਤੇ ਇਹ ਨੇ ਤੁਹਾਡੇ ਕੋਲ ਇਮੇਜ ਦੇ ਵਿੱਚ ਕੇਤਨੀ ਬਰਾਊਂਜ਼ ਜੈਕਸਨ ਠੀਕ ਹੈ ਨੈਕਸਟ ਕੁਐਸਚਨ ਕਿਸ ਰਾਜ ਸਰਕਾਰ ਨੇ ਊਠ ਪਾਲਣ ਨੂੰ ਉਤਸ਼ਾਹਿਤ ਕਰਨ ਦੇ ਲਈ 10 ਕਰੋੜ ਰੁਪਏ ਦੇ ਬਜਟ ਦਾ ਐਲਾਨ ਕੀਤਾ ਤੇ ਇਸ ਕੁਸ਼ਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਰਾਜ Rajasthan government ਨੇ ਹਾਂਜੀ Rajasthan government ਨੇ ਊਠ ਪਾਲਣ ਦੇ ਲਈ 10 ਕਰੋੜ ਰੁਪਏ ਬਜਟ ਦਾ ਐਲਾਨ ਕੀਤਾ ਹੁਣ Rajasthan ਨੇ ਕੀਤਾ ਤਾਂ Rajasthan ਦੀ ਕੈਪੀਟਲ ਕੀ ਆ ਜੈਪੁਰ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣ ਕਿਉਂਕਿ ਹਰ 3rd ਡੇ ਅਸੀਂ ਗੱਲ ਕਰਦੇ ਹਾਂ ਰਾਜਸਥਾਨ ਦੇ ਬਾਰੇ ਇੱਥੋਂ ਦੇ ਚੀਫ ਮਿਨਿਸਟਰ ਆ ਅਸ਼ੋਕ ਗਹਿਲੌਤ ਤੇ ਗਵਰਨਰ ਆ ਕਲਰਾਜ ਮਿਸਰਾ ਰਾਜਸਥਾਨ ਦੇ ਵਿੱਚ ਜੈਸਲਮੇਰ ਦੇ ਵਿੱਚ ਖਾਦੀ ਦੇ ਨਾਲ ਬਣੇ ਦਾਨੀਆਂ ਦਾ ਸਭ ਤੋਂ ਵੱਡਾ ਰਾਸ਼ਟਰੀ ਝੰਡਾ ਪ੍ਰਦਰਸ਼ਿਤ ਕੀਤਾ ਗਿਆ ਰਾਜਸਥਾਨ ਸਰਕਾਰ ਨੇ ਉਡਾਣ ਯੋਜਨਾ ਸ਼ੁਰੂ ਕੀਤੀ ਹੈ। ਰਾਜਸਥਾਨ ਦੇ ਵਿੱਚ ਇੰਦਰਾ ਗਾਂਧੀ ਸਹਿਰੀ ਕ੍ਰੈਡਿਟ ਕਾਰਡ ਸਕੀਮ ਸ਼ੁਰੂ ਹੋਈ ਹੈ। ਰਾਜਸਥਾਨ ਸਰਕਾਰ ਨੇ ਪ੍ਰਸ਼ਾਸਨ ਪਿੰਡਾਂ ਦੇ ਨਾਲ ਇੱਕ ਮੁਹਿੰਮ ਸ਼ੁਰੂ ਕੀਤੀ। ਭਾਰਤ ਦਾ ਪਹਿਲਾ ਅੰਗ ਦਾਤਾ ਸਮਾਰਕ ਰਾਜਸਥਾਨ ਦੇ ਜੈਪੁਰ ਦੇ ਵਿੱਚ ਬਣਿਆ। ਸਟੈਚੂ ਆਫ ਪੀਸ ਰਾਜਸਥਾਨ ਦੀ ਪਾਲੀ ਦੇ ਵਿੱਚ ਹੈ। ਰਾਜ ਸਰਕਾਰ ਨੇ ਮਹਿਲਾਵਾਂ ਦੇ ਲਈ ਬੈਕ ਟੂ ਵਰਕ ਯੋਜਨਾ ਸ਼ੁਰੂ ਕੀਤੀ ਹੈ। ਇੱਕ ਪੌਦਾ ਧੀ ਦੇ ਨਾਮ ਸਕੀਮ ਰਾਜਸਥਾਨ ਨੇ ਸ਼ੁਰੂ ਕੀਤੀ। BSF ਨੇ ਆਪਰੇਸ਼ਨ ਸਰਦ ਹਵਾ ਰਾਜਸਥਾਨ ਦੇ ਵਿੱਚ ਸ਼ੁਰੂ ਕੀਤੀ ਤੇ ਇਸ ਤੋਂ ਪਹਿਲਾਂ ਗਰਮ ਹਵਾ ਵੀ ਰਾਜਸਥਾਨ ਦੇ ਵਿੱਚ ਸ਼ੁਰੂ ਕਰ ਚੁੱਕਿਆ 100% ਟੀਕਾ ਕਰਨ ਕਰਨ ਵਾਲਾ ਪਹਿਲਾ ਜ਼ਿਲ੍ਹਾ ਬਣਿਆ ਪ੍ਰਤਾਪਗੜ ਰਾਜ ਜਲ ਜੀਵਨ ਮਿਸ਼ਨ ਦੇ ਤਹਿਤ ਰਾਜਸਥਾਨ ਨੂੰ 10180 ਕਰੋੜ ਰੁਪਏ ਦਿੱਤੇ ਗਏ ਆ ਸਾਰੇ ਪਰਿਵਾਰਾਂ ਨੂੰ ਅਸ਼ੁੱਧੀ ਬੂਟੀਆਂ ਵੰਡਣ ਦਾ ਐਲਾਨ ਵੀ ਰਾਜਸਥਾਨ ਗਵਰਨਮੈਂਟ ਕਰ ਚੁੱਕੀ ਆ ਨੈਕਸਟ ਕੁਐਸ਼ਨ ਕਰਦੇ ਆ ਜੀ ਅਸੀਂ ਭਾਰਤ ਦੀ ਵੂਸ਼ੂ ਖਿਡਾਰੀ ਸਾਦੀਆ ਤਾਰਿਕ ਨੇ ਮਾਸਕੋ ਵੂਸ਼ੂ ਸਟਾਰਟ ਚੈਂਪੀਅਨਸ਼ਿਪ ਵਿੱਚ ਕਿਹੜਾ ਤਗਮਾ ਜਿੱਤਿਆ ਹੈ ਹਾਂਜੀ ਮਾਸਕੋ ਵੂਸ਼ੂ ਸਟਾਰਟਸ ਚੈਂਪੀਅਨਸ਼ਿਪ ਦੇ ਵਿੱਚ ਕਿਤਾਬ ਜਿੱਤਿਆ ਹੈ 골ਡ ਦਾ অপਸ਼ਨ ਨੰਬਰ ਸੀ ਇਸ ਕੁਐਸ਼ਚਨ ਦਾ ਰਾਈਟ ਆਂਸਰ ਹੈ ਤਗਮਾ ਜਿੱਤਿਆ ਹੈ ਸਾਦੀਆ ਤਾਰਿਕ ਨੇ ਠੀਕ ਹੈ ਹਾਂਜੀ ਹੁਣ ਦੇਖੋ ਅਸੀਂ ਵਿੱਚ ਗੱਲ ਕੀਤੀ ਆ ਵੂਸ਼ੂ ਦੀ ਠੀਕ ਹੈ ਕੀ ਦੀ ਗੱਲ ਕੀਤੀ ਆ ਵੂਸ਼ੂ ਦੀ ਤਾਂ ਇਹ ਇੱਕ ਇੱਕ ਤਰ੍ਹਾਂ ਦੀ ਗੇਮ ਹੁੰਦਾ ਵਾ ਜਿੱਦਾਂ ਤਾਈਕੋਡੋ ਟਾਈਪ ਦਾ ਗੇਮ ਹੁੰਦਾ ਠੀਕ ਹੈ ਉਸ ਤਰ੍ਹਾਂ ਦਾ ਤੇ ਇਹਦੇ ਵਿੱਚ ਸਾਦੀ ਸਾਦੀਆ ਤਾਰਿਕ ਨੇ ਠੀਕ ਹੈ ਸਾਦੀਆ ਤਾਰਿਕ ਨੇ ਗੋਲਡ ਦਾ ਮੈਡਲ ਜਿੱਤਿਆ ਵਾ ਸਾਧੀਆਂ ਤਾਰੀਖੇ ਨੇ ਸਾਧੀਆਂ ਤਾਰੀਖ ਤੇ ਇੰਡੀਆ ਦੇ ਨੇ ਠੀਕ ਹੈ ਨੈਕਸਟ ਕੁਐਸਚਨ ਹੈ ਜੀ ਸੇਬੀ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਬਣੀ ਆ ਸੇਬੀ ਠੀਕ ਹੈ ਸੇਬੀ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ ਆ ਹਾਂਜੀ ਕੌਣ ਬਣੀ ਆ ਮਾਧਵੀ ਪੂਰੀ 부ਚ ਆਪਸ਼ਨ ਨੰਬਰ ਹੀ ਇਸ ਕੁਐਸਚਨ ਦਾ ਰਾਈਟ ਆਨਸਰ ਆ ਮਾਧਵੀ ਪੂਰੀ ਵੋਚ ਇਹ ਸੈਬੀ ਦੀ ਪਹਿਲੀ ਮਹਿਲਾ ਮੁਖੀ ਬਣੀ ਹੁਣ ਪਹਿਲੀ ਮਹਿਲਾ ਮੁਖੀ ਬਣੀ ਤਾਂ ਇੱਕ ਉਸਨ ਇੰਪੋਰਟੈਂਟ ਆ ਹੁਣ ਅਸੀਂ ਗੱਲ ਕੀਤੀ ਸੀ ਸੈਬੀ ਦੀ ਸੈਬੀ ਦੀ ਫੁੱਲ ਫਾਰਮ ਕੀ ਹੈ ਸਿਕਿਉਰਿਟੀ ਐਕਸਚੇਂਜ ਵੋਡ ਆਫ ਇੰਡੀਆ ਇਹਦੀ ਸਥਾਪਨਾ ਹੋਈ ਸੀ 1992 ਦੇ ਵਿੱਚ ਜਾਨਕਾ 1992 ਦੇ ਵਿੱਚ ਇਹਦਾ ਹੈੱਡਕੁਆਟਰ ਮੁੰਬਈ ਦੇ ਵਿੱਚ ਐਟ ਪ੍ਰੈਜ਼ੈਂਟ ਇਹਦੇ ਚੇਅਰਮੈਨ ਨੇ ਅਜੇ ਤਿਆਗੀ ਤੇ ਇਹ ਨੇ ਮਾਧਵੀ ਪੂਰੀ 부ਚ ਠੀਕ ਹੈ ਨੈਕਸਟ ਕੁਐਸਚਨ ਤੇ ਸੈਵੀ ਦੀ ਪਹਿਲੀ ਮਹਿਲਾ ਮੁੱਖ ਬਣੀ ਆ ਹਾਂਜੀ ਰਾਸ਼ਟਰੀ ਵਿਗਿਆਨ ਦਿਵਸ ਕਦੋਂ ਮਨਾਇਆ ਗਿਆ ਹੈ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ ਹੈ 28 ਫਰਵਰੀ ਨੂੰ ਠੀਕ ਹੈ ਹੁਣ ਕਿਉਂ ਮਨਾਇਆ ਜਾਂਦਾ ਵਾ ਮਹਾਨ ਵਿਗਿਆਨਿਕ ਸੀ ਵੀ ਰਮਨ ਦੇ ਸਮਾਨ ਅਤੇ ਸਮ੍ਰiddhi ਦੇ ਵਿੱਚ ਹਰ ਸਾਲ ਰਾਸ਼ਟਰੀ ਵਿਗਿਆਨ ਦਿਵਸ 28 ਫਰਵਰੀ ਨੂੰ ਮਨਾਇਆ ਜਾਂਦਾ ਵਾ ਅਸਲ ਦੇ ਵਿੱਚ ਸੀ ਵੀ ਰਮਨ ਨੇ ਰਮਨ ਇਫੈਕਟ ਦੀ ਖੋਜ ਕੀਤੀ ਖੋਜ ਕੀਤੀ ਸੀਗੀ ਠੀਕ ਹੈ ਤੇ ਰਮਨ ਇਫੈਕਟ ਦੀ ਵਜ੍ਹਾ ਕਰਕੇ ਹੀ 1930 ਦੇ ਵਿੱਚ ਇਹਨਾਂ ਨੂੰ ਭੌਤਿਕ ਦਾ ਨੋਬਲ ਮਿਲਿਆ ਸੀ ਠੀਕ ਹੈ ਤੇ ਇਸ ਵਾਰ ਦਾ ਜਿਹੜਾ ਵਿਰਾਸਤੀ ਵਿਗਿਆਨ ਦਿਵਸ ਜਾਂ ਫਿਰ ਨੈਸ਼ਨਲ ਸਾਇੰਸ ਡੇ ਮਨਾਇਆ ਗਿਆ ਵਾ ਤੇ ਇਸ ਦੀ ਥੀਮ ਕੀ ਹੈ ਇਸ ਦੀ ਥੀਮ ਇੰਟੀਗ੍ਰੇਟਿਡ ਅਪਰੋਚ ਇਨ ਸਾਇੰਸ ਐਂਡ ਟੈਕਨੋਲੋਜੀ ਫਾਰ ਅ ਸਸਟੇਨੇਬਲ ਫਿਊਚਰ हां जी ਹੁਣ ਇਹ ਫਰਵਰੀ ਦਾ ਇੰਪੋਰਟੈਂਟ ਡੇ ਸੀ ਫਰਵਰੀ ਦੇ ਜਿੰਨੇ ਵੀ ਡੇ ਸੀ 28 ਫਰਵਰੀ ਤੱਕ ਅਸੀਂ ਸਾਰੇ ਆਲਰੇਡੀ ਮੈਂ ਤੁਹਾਨੂੰ ਕਰਵਾ ਚੁੱਕੀ ਆ ਤੇ ਤੁਸੀਂ ਸਾਰਿਆਂ ਨੇ ਉਸ ਨੂੰ ਬਿਲਕੁਲ ਸੀਕੁਐਂਸ ਵਾਈਜ਼ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਤੇ ਕੱਲ ਤੋਂ ਅਸੀਂ ਮਾਰਚ ਦੇ ਡੇ ਸਟਾਰਟ ਕਰਨ ਵਾਲੇ ਆ ਉਹਨਾਂ ਲਈ ਵੀ ਇੱਕ ਲੱਗ ਤੋਂ ਪੇਜ ਲਗਾ ਲੈਣਾ ਤੇ ਉਹਦੇ ਤੇ ਡੇ ਨੋਟ ਕਰਦੇ ਜਾਣਾ ਤੇ ਜੋ ਵੀ ਮੈਂ ਨਵਾਂ ਡੇ ਤੁਹਾਨੂੰ ਦੱਸੂਗੀ ਉਹ ਨੋਟ ਕਰ ਲੈਣਾ ਤੇ ਪਿਛਲੇ ਰਿਵਾਈਜ਼ ਕਰ ਲੈਣਾ ਠੀਕ ਹੈ ਜੀ ਨੈਕਸਟ ਕੁਐਸਚਨ ਅਸੀਂ ਕਰਦੇ ਆ ਤੇ ਫਰਵਰੀ ਦੇ ਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਜੋ ਵੀ ਮੈਂ ਤੁਹਾਨੂੰ ਦੱਸਿਆ ਆ ਹਾਂਜੀ ਦੁਬਈ ਟੈਨਿਸ ਚੈਂਪੀਅਨਸ਼ਿਪ ਦਾ ਖਿਤਾਬ ਕਿਸ ਨੇ ਜਿੱਤੇ ਆ ਦੁਬਈ ਟੈਨਿਸ ਚ ਚੈਂਪੀਅਨਸ਼ਿਪ ਦਾ ਖਿਤਾਬ ਜਿੱਤੇ ਆ ਵਾ ਆਂਧੇਰੇ ਰੂਬਲੇ ਨੇ ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਆ ਆਂਧਰੇ ਰੂਬਲੇ ਨੇ ਦੁਬਈ ਟੈਨਿਸ ਚੈਂਪੀਅਨਸ਼ਿਪ ਦਾ ਖਿਤਾਬ ਜਿੱਤੇ ਆ ਇਹ ਰਸ਼ੀਆ ਦੇ ਰਸ਼ੀਆ ਦੇ ਟੈਨਿਸ ਪਲੇਅਰ ਆ ਤੇ ਇਨਾਂ ਨੇ ਜੀਰੀ ਵੈਸਲੇ ਨੂੰ ਹਰਾ ਕੇ ਠੀਕ ਹੈ ਦੁਬਈ ਟੈਨਿਸ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਇਹ ਨੇ ਆਂ德ਰੇ ਰੂਬਲੇ ਨੈਕਸਟ ਕੁਐਸਚਨ ਕਰਦੇ ਹਾਂ ਜੀ ਅਸੀਂ ਕਿਸ ਟੈਨਿਸ ਖਿਡਾਰੀ ਨੇ ਮੈਕਸੀਕੋ ਓਪਨ ਜਿੱਤ ਕੇ ਆਪਣੇ ਕੈਰੀਅਰ ਦਾ 91 ਯਾਨੀ ਕਿ 91ਵਾਂ ਖਿਤਾਬ ਜਿੱਤਿਆ ਏ ਹਾਂਜੀ 91ਵਾਂ ਇੱਕ ਖਿਤਾਬ ਜਿੱਤਿਆ ਏ ਰਾਫੇਲ ਨਡਾਲ ਨੇ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਤੇ ਆਨੇ ਰਾਫੇਲ ਰਾਫੇਲ ਨਡਾਲ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ